नाभा की कपड़ा मार्केट में बीती दरमियानी रात को पिंकी प्रिंट हाउस कपड़े का शोरूम नागरा चौक नाभा विखे शॉर्ट सर्कट होने कारण अचानक अग लग गई। मौके पर फायर ब्रिगेड नाभा और मलेरकोटला गड्डिया ने मौके पर आके अग उत्ते काबू पा लिया। कोई जानी नुकसान होने तो बचा हो गया। इस मौके सवेरे तहसीलदार पुलिस प्रशासन मौके पर जायजा लैन लिए पुजे। इस मौके शोरूम के दुकानदार ने दसाया कि अधी रात को 2 बजे सानू गुआंढी का फोन आया कि थोड़ी दुकान से अग लगी हुई है ते असी मौके पर पहुंचे, साढ़ा लखा रुपए का नुकसान हो गया है। पर सारी कपड़ा मार्केट ने रोस जाहिर करदिया कहा है कि नाभा कौंसल की फायर ब्रिगेड कोई पुख्ता इंतजाम नहीं सन। मलेरकोटला पटियाला तो गड्डिया फायर ब्रिगेड दियां मंगवाईया गई जिस कारण समा बर्बाद होया अग तेज हो गई। पर समय सिर नाभा फायर ब्रिगेड को सही इंतजाम होंदा तां साडा नुकसान होणों बच सकदा सी। उन्हां कहा कि साडे कोल कुछ भी नहीं बचिया, सारी जिंदगी दी पुजी सड़के सवाग हो गई। उन्हां पंजाब सरकार तो मुआवजे की मांग की। ਆਪਾਂ ਦੇਖ ਹੀ ਰਹੇ ਹਾਂ ਵੀ ਬਚਿਆ ਕੁਛ ਨਹੀਂ ਹੈਗਾ, ਠੀਕ ਹੈ। ਜਿੰਨਾ ਵੀ ਇਹਨਾਂ ਦਾ ਹੋ ਸਕਦਾ ਵੱਧ ਤੋਂ ਵੱਧ ਮਦਦ ਡੀ ਸਾਹਿਬ ਨੂੰ, ਮੈਂ ਪੰਜਾਬ ਸਰਕਾਰ ਤੋਂ ਜੋ ਹੋ ਸਕਦੀ ਹੈ ਮਦਦ ਵੱਧ ਤੋਂ ਵੱਧ ਕਰੂੰਗਾ। ਡਿਟੇਲ ਇਹ ਬਣਾ ਕੇ ਮੈਨੂੰ ਦੇਣ ਲੱਗੇ ਨੇ, ਮੈਂ ਨਾਲ ਦੀ ਨਾਲ ਡੀ ਸਾਹਿਬ ਨੂੰ ਭੇਜਾਂਗਾ, ਡਿਟੇਲ ਹੋਣੀ ਬਣਵਾ ਕੇ। चलो जी चलो संभ ਪਹੁੰਚਿਆ ਜੀ ਦੇ ਵਿੱਚ ਕਿੱਡਾ ਬੜਾ ਹਾਸਾ ਹੋ ਗਿਆ। 35-40 ਲੱਖ ਦਾ ਨੁਕਸਾਨ ਹੋ ਗਿਆ।
शॉर्ट सर्किट लगे भी शॉर्ट सर्किट का है शॉर्ट सर्किट करके होया जी काम है किस नाम से दुकान से पिंकी प्रिंट हाउस जी अच्छा जी नहीं तुहानू किवें पता लग्या भी नेबर्स दा फोन आया सी जी ਕਿੰਨੇ ਕੁ ਵਜੇ ਦੀ ਗੱਲ ਹੈ ਜੀ 1:30 ਵਜੇ ਨਾਲ ਜੀ 10-15 ਮਿੰਟ 'ਚ ਅਸੀਂ ਪਹੁੰਚ ਗਏ ਸੀ ਜੀ ਠੀਕ ਹੈ ਕਿ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡਾ ਹੈਗਾ ਅਪਰੋਕਸੀਮੇਟ 35-36 ਲੱਖ ਰੁਪਏ ਦਾ ਹੈਗਾ ਜੀ ਪੱਕੀ ਹਜੇ ਕੋਈ ਜੱਜਮੈਂਟ ਵੀ ਨਹੀਂ ਹੈਗੀ ਹੁਣ ਤਾਂ ਦੇਖ ਕੇ ਪਤਾ ਲੱਗਣਾ ਮੌਕੇ 'ਤੇ ਕੋਈ ਫਾਇਰ ਬ੍ਰਿਗੇਡ ਦੇ ਗੱਡੀਆਂ ਫਾਇਰ ਬ੍ਰਿਗੇਡ ਪਹੁੰਚ ਗਈ ਸੀ ਜੀ ਥੋੜ੍ਹੇ ਚਿਰ ਤੱਕ ਜੀ ਵੀ ਉੱਦਾਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਹੀਂ ਪਹੁੰਚਿਆ ਹੈਗਾ ਜੀ ਕੋਈ MLA ਨਹੀਂ ਕੋਈ SDM ਨੇ ਨਹੀਂ ਫੋਨ ਚੱਕਿਆ ਕਿਸੇ ਨੇ ਵੀ ਨਹੀਂ ਗੱਲਬਾਤ ਹੋਈ ਕਿਸੇ ਨਾਲ ਵੀ ਹਾਂਜੀ ਹਾਂ ਵੀ ਹਜੇ ਤੱਕ ਕੋਈ ਹਜੇ ਹੁਣ ਦੇ 10 ਵਜਣ ਨੂੰ ਅੱਗੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ ਜੀ ਪ੍ਰਸ਼ਾਸਨਿਕ ਅਧਿਕਾਰੀ ਕੀ ਮੰਗ ਕੀ ਕਰਦੇ ਕੋਈ ਮੁੱਖ ਮੰਤਰੀ ਪੰਜਾਬ ਤੋਂ ਜਾਂ ਇੱਥੇ ਦੇ ਵਿਧਾਇਕ ਨੇ MLA ਦੇਮਾਨ ਕੀ ਮੰਗ ਕਰਨਾ ਚਾਹੁੰਦੇ ਹੋ ਮੰਗ ਇਹੀ ਹੈ ਜੀ ਇੱਕ ਤਾਂ ਜਿਹੜਾ ਨੁਕਸਾਨ ਹੋਇਆ ਉਹਦਾ ਦੇਖਣ ਜੀ ਵੀ ਜੇ ਉਹਦੀ ਭਰਪਾਈ ਹੋ ਜਾਵੇ ਜੀ ਵੀ ਦੁਕਾਨਦਾਰਾਂ ਦਾ ਤਾਂ ਇਹੀ ਆ ਮਾਲ ਹੈ ਜੀ ਮਾਲ ਵੇਚ ਕੇ ਹੀ ਸਟਾਕ ਆਉਣਾ ਜੀ ਸਾਰਾ ਪੈਸਾ ਆਪਣੇ ਕੋਲ ਜੀ ਇੱਕ ਦੁਕਾਨਦਾਰ ਦੇ ਨਾਤੇ ਆਪਾਂ ਟੈਕਸ ਵੀ ਦਿੰਦੇ ਹਾਂ ਸਾਰਾ ਬਿਲਕੁਲ ਸਾਰਾ ਕੁਝ ਕਰੀਦਾ ਜੀ ਕਹਿੰਦੇ ਆ ਵੀ ਹੁਣ ਕੋਈ ਇਹੀ ਚੀਜ਼ ਆ ਇਹੀ ਮੰਗ ਹੈਗੀ ਆ ਜੀ ਆਪਣੀ ਮੇਰਾ ਨਾਂ ਹੈ ਮਨਜੀਤ ਸਿੰਘ ਕਪੂਰ ਕਿਵੇਂ ਰਾਤ ਅੱਗੇ ਕਿਵੇਂ ਲੱਗੀ ਜੀ ਭਾਜੀ ਮੈਨੂੰ ਗਵਾਂਢੀ ਦਾ ਫੋਨ ਆਇਆ 2:45 ਕਿ ਤੁਹਾਡੀ ਨਾਲੀ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਮੈਂ ਨਾਲ ਦੇ ਪਰਨਾ ਬੰਨ ਕੇ ਦੁਕਾਨ 'ਤੇ ਆ ਗਿਆ ਜੀ ਆ ਕੇ ਦੇਖਿਆ ਤਾਂ ਧੂੰਆਂ ਨਿਕਲ ਰਿਹਾ ਸੀ ਫਿਰ ਮੈਂ ਚਾਚਾ ਜੀ ਦੇ ਬੇਟੇ ਨੂੰ ਫੋਨ ਕੀਤਾ ਕਿ ਆ ਕੇ ਦੇਖ ਜਾ ਭਾਈ ਧੂੰਆਂ ਨਿਕਲ ਰਿਹਾ ਜਦੋਂ ਅਸੀਂ ਆ ਕੇ ਸ਼ਟਰ ਚੱਕਿਆ ਤਾਂ ਭਾਂਬੜ ਮੱਚ ਰਿਹਾ ਸੀ ਅੰਦਰ ਕੀ ਕਾਰਨ ਮੰਨਦੇ ਹੋ ਕਿਸ ਤਰ੍ਹਾਂ ਦੇ ਭਾਈ ਇਹਦਾ ਕੋਈ ਪਤਾ ਨਹੀਂ ਹੈ ਕਿਵੇਂ ਕੀ ਹੋਇਆ ਆ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਸੀ ਬਸ ਮੌਕੇ ਦੇ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਅਧਿਕਾਰੀ ਦਾ ਕੋਈ ਰੋਲ ਨਹੀਂ ਸਾਡੇ ਨਾਕਾਮੀ ਹੈ ਸਾਰੀ ਇਹਨਾਂ ਦੀ ਜੀ ਕੋਈ ਵੀ ਨਹੀਂ ਆਇਆ ਪੁੱਛਣ ਵਾਸਤੇ 10 ਵਜੇ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਫਾਇਰ ਬ੍ਰਿਗੇਡ ਦੀ ਗੱਡੀ ਆ ਵਗੈਰਾ ਆਈ ਫਾਇਰ ਬ੍ਰਿਗੇਡ ਨੇ ਸਾਡੇ ਨਾਲ ਦੇਖੋ ਜੀ ਆਈ ਗੱਡੀ ਜ਼ਰੂਰ ਆਈ ਹੈ ਪਰ ਜੋ ਪ੍ਰੋਪਰ ਕੰਮ ਕਰਨਾ ਚਾਹੀਦਾ ਸੀ ਬਚਾਅ ਹੋ ਸਕਦਾ ਸੀ ਸਾਡਾ ਸਮਾਨ ਦਾ ਜੀ ਪ੍ਰੋਪਰ ਗੱਡੀਆਂ ਦੇ ਆਉਣ ਨੂੰ ਹੀ ਟਾਈਮ ਇੰਨਾ ਲਾਤਾ ਉਹਨਾਂ ਨੇ ਅੱਜ ਜਿਹੜੀ ਆਈ ਹੈ ਉਹ ਕੰਮ ਨਹੀਂ ਕਰ ਪਾਈ ਜੀ ਨੁਕਸ ਸੀ ਉਹਦੇ ਵਿੱਚ ਵੀ ਤੁਹਾਡੇ ਕਹਿੰਦਾ ਮਤਲਬ ਨਾਭੇ ਦੀ ਜੋ ਗੱਡੀ ਆਈ ਹੈ ਉਹਦੇ ਤੇ ਦੋਨੋਂ ਹੀ ਖਰਾਬ ਸੀ ਸਰ ਪਾਈਪਾਂ ਦੇ ਵਿੱਚ ਮੋਰੀਆਂ ਦੱਸੋ ਉਹਨਾਂ ਦੇ ਜੀ ਅੱਛਾ ਪਾਈਪਾਂ ਦੇ ਵਿੱਚ ਮੋਰੀਆਂ ਹੋਈਆਂ ਪਈਆਂ ਸਰ ਪਾਣੀ ਪਾਇਆ ਹੀ ਨਹੀਂ ਗਿਆ ਦੁਕਾਨ ਦੇ ਵਿੱਚ ਨਹੀਂ ਇਦਾਂ ਮਾਲ ਸਾਡਾ ਵੱਸ ਸਕਦਾ ਸੀਗਾ ਤੇ ਫਿਰ ਬਾਹਰੋਂ ਗੱਡੀਆਂ ਉਹਨਾਂ ਨੇ ਮੰਗਾਈਆਂ ਵਗੈਰਾ ਹਾਂਜੀ ਮੇਰੇ ਕੋਲ ਤਾਂ ਆਈ ਗੱਡੀ ਹੈ ਜੀ ਪਟਿਆਲੇ ਤੋਂ ਵੀ ਆਈ ਹੈ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਦੇਖੋ ਇਹ ਤਾਂ ਅਨੁਮਾਨ ਤਾਂ ਚਾਚਾ ਜੀ ਦੱਸ ਸਕਦੇ ਨੇ 35-40 ਲੱਖ ਦਾ ਤਾਂ ਹੈ ਹੀ ਹੈ ਸਾਡਾ ਨੁਕਸਾਨ ਜੀ ਕੀ ਮੰਗ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਤੋਂ ਜਾਂ ਇੱਥੇ ਦੇ ਵਿਧਾਇਕ ਦੇ ਮੰਗ ਦੇਖੋ ਜੀ ਹੈਲਪ ਦੀ ਲੋੜ ਹੈ ਹੁਣ ਇਸ ਟਾਈਮ ਸਾਨੂੰ ਉਸ ਟਾਈਮ ਤਾਂ ਉਹ ਐਂਟੀ ਸਾਡੇ ਨਾਲ ਫਿਰਦੇ ਰਹੇ ਦੱਸੋ ਉਹਨਾਂ ਸਾਨੂੰ ਹੈਲਪ ਦੀ ਲੋੜ ਸਾਡੇ ਨਾਲ ਆ ਕੇ ਖੜਨ ਜੀ ਇੱਕ ਪਾਸੇ ਗਵਰਨਮੈਂਟ ਟੈਕਸ ਲੈਂਦੀ ਹੈ ਦੁਕਾਨਦਾਰ ਹਾਂਜੀ ਸਾਰਾ ਭਰਦੇ ਆ ਟੈਕਸ ਭਰ ਰਹੇ ਸਾਰੇ ਦੁਕਾਨਦਾਰ ਕੋਲ ਕੀ ਹੈਗਾ ਇਹ ਕੁਛ ਹੈਗਾ ਜਿਸ ਦਿਨ ਵੇਚਣਾ ਇਸ ਦਿਨ ਕਮਾਉਣਾ ਇੱਥੇ ਦੁਕਾਨ ਹੈਗਾ ਦੁਕਾਨਦਾਰ ਨੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਦਾ ਬਹੁਤ ਬੁਰਾ ਹਾਲ ਹੈ ਜਿਹੜਾ ਕਿ ਅੱਜ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਸਾਨੂੰ ਨਾ SDM ਪਹੁੰਚਿਆ ਨਾ DSP ਪਹੁੰਚਿਆ 1 ਵਜੇ ਦਾ ਹੋਇਆ ਪਿਆ ਹਾਦਸਾ ਔਰ ਸਾਰਾ ਟੈਸ ਨੈਸ ਬਿਲਕੁਲ ਨੁਕਸਾਨ ਇੰਨਾ ਹੋਇਆ ਮਤਲਬ ਘਰ ਕਰੋੜਾਂ ਦੇ ਵਿੱਚ ਨੁਕਸਾਨ ਹੋਇਆ 3-4 ਦੁਕਾਨਾਂ ਦਾ ਪਰ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜੇ ਇਹ ਘੰਟੇ 2 ਘੰਟੇ 'ਚ ਨਹੀਂ ਕਰਦੇ ਅਸੀਂ ਸ਼ਹਿਰ ਬੰਦ ਕਰਾਵਾਂਗੇ ਸਾਡੇ ਨਾਲ ਕੋਈ ਗੱਲਬਾਤ ਜਿਹੜਾ ਨੁਕਸਾਨ ਹੋਇਆ ਇਹਦਾ ਕੋਈ ਨਾ ਕੋਈ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਸਿੰਘ ਬਖਸ਼ੀ ਇਹ ਰਾਤ 1 ਵਜੇ ਅੱਗ ਲੱਗੀ ਹੈ ਜੀ 1:15 ਦੇ ਵਿੱਚ ਜਦ ਕਿ ਸਾਰਾ ਬਾਜ਼ਾਰ ਇਕੱਠਾ ਹੋ ਗਿਆ ਸ਼ਹਿਰ ਦਾ ਪ੍ਰਸ਼ਾਸਨ ਬਿਲਕੁਲ ਸੁੱਤਾ ਮਰਿਆ ਵਾਂਗੂ ਸੀਗਾ ਜਿਹਨੂੰ ਕੋਈ ਕਿਸੇ ਸ਼ਹਿਰੀ ਦੀ ਕੋਈ ਫਿਕਰ ਨਹੀਂ ਕਿਸੇ ਸ਼ਹਿਰ ਨਾਲ ਕੋਈ ਲੈਣ ਦੇਣ ਨਹੀਂ ਹੈ ਔਰ ਸਾਨੂੰ ਤਾਂ ਹਿਸਾਬ ਕਿਤਾਬ ਤੋਂ ਬਾਹਰ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹਾਂਜੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਆਈ ਹੋਈ ਹਾਂਜੀ ਹਾਂ ਆਈ ਹੈ ਉਹਦੇ ਪਾਈਪ ਵਗੈਰਾ ਪਹਿਲਾਂ ਇਹ ਫਟ ਗਿਆ ਜੀ ਪਾਣੀ ਸਾਰਾ ਲੀਕ ਹੋ ਗਿਆ ਫਿਰ ਮਲੇਰਕੋਟਲੇ ਤੋਂ ਗੱਡੀ ਆਈ ਹੈ ਜੀ ਉਹਨਾਂ ਨੇ ਸਾਡਾ ਸਾਥ ਦਿੱਤਾ ਜੇ ਕੋਈ ਇੰਤਜ਼ਾਮ ਹੁੰਦਾ ਤਾਂ ਬਚ ਸਕਦਾ ਸੀਗਾ ਕੁਛ ਨਾ ਕੁਛ ਤਾਂ ਬਚ ਸਕਦਾ ਸੀਗਾ ਜੀ ਬਹੁਤ ਕੁਛ ਵੀ ਨਹੀਂ ਬਚਿਆ
हाँ जी असी रौला पाते रहे, सिर्फ बाजार ही इकट्ठा होया जी, इतने 150 बंदा ऊं तुसी आओ मीह पै जे नालियां ते खड़ के इत्थे दे प्रधान रौला पाते ने, उन्होंने कुछ नहीं पता शहर बारे, कोई सुध बुद्ध नहीं है, ये की कर रहे ने प्रशासन की कर रहा है, ये गहरी नींद च सुते पे ने। हाँ जी करना चाहते हो मंग की करना चाहते हाँ भी जो बनता है किसानों भी तुम लखां हजार रुपये दिने हो, व्यापारी वाले की दिने व्यापारियों, व्यापारी 5% GST दिता, जे एक दुकान पर 50 लाख का माल आ 2.5 लाख रुपया टैक्स बनता, किने कहा अभी मरन तैयार हाँ, किसी भी सरकार के नुमाइंदे ने कहा कोई आया इतने पहुंचा, कोई शहर का MLA भी हैगा वो सारे बंदे कोई कचहरिया च बैठा है, कोई म्यूनसिपल कमेटी च बैठा है, सब जगह बैठे ने, कोई भी छोटी जी दुकान अगे वधाउंदा है वो सारे आके खड़े हो जाते हैं, कि व्यापारी ऐ कुत्ते वांग मरते रहेंगे, हाँ दुकानदार को की है, ये सब तो पुरानी दुकान है शहर की, हाँ 40 साल हो गए, 40 साल की पूंजी नष्ट हो गई, वो नाभे की गड्डी को नहीं सी, मलेरकोटले की गड्डी को सब कुछ सीगा, मंग यह करदे आ भी सारियां सहूलतां जो भी है कारवाई की जाए दिता जाए, मुआवजा कुछ ना कुछ, जे एक दुकान का 2.5 लाख रुपया टैक्स दे रहा है ओदी तुसी की मदद कर रहे हो, ना ना असीं पुछना चाहते हैं प्रशासन नूं, अज तक हजे तक एक भी नुमाइंदा आया शहर का, कोई जिम्मेवार व्यक्ति हैगा शहर च, अग लग गई सब कुछ हो गया, सुबह हो गया कल हो रही, जे अद्धा घंटा होर बीत जाता ये तिने चार दुकाना सुबह हो जाए, असी साहब 1 बजे उठ के आले दुआले वाली दुकाना खाली कराइया ने, असी नुकसान इधर हो सकता, हाँ जी जे गुआंढ च अगर गुआंढ च 2-4 बंदे ना होंगे इनफॉरमेशन ना देंगे ये सारा महला सड़ के सुबह हो जाना, असी एपीसोड होया ये बड़ा मंदभागा है, गुरु की कृपा रही भी इन्हों का नुकसान तो जो होना सी बंदे का नुकसान बच गया, एक बेटा आया से इन्हों का जो उन्हें शटर खोलिया अग उदू पई वो बचत रहेगी, सब तो बड़ी गल तो यह सरकार की बिल्कुल फेल्यूर है, इन्होंने टैलीफोन किया फायर ब्रिगेड का नंबर से इन्हों को इतने आके कभी कहते आह चीज़ नहीं ठीक आह चीज़ नहीं ठीक, उन्होंने अद्ध घंटा लाता इन्ना सारा नुकसान हो गया, फिर वो कहते टैलीफोन करो ईओ नू, पहले ईओ सानू कहे जां सानू SDM साहब कहन, जो ईओ नू कहोगे SDM तो सब हो चुका, मैं ये अपील करना सरकार नू भी जो इन्हां दा नुकसान होया इन्हां नू वध तो वध इन्हां दा मुआवजा देने की कृपालता करन, क्योंकि अजकल व्यापारी का काम सब तो डाउन है, ना दिल्ली सरकार पुछ रही है ना पंजाब की सरकार पुछ रही है, इसलिए सब इन्हां नू बेनती है भी